ਹਾਂ ਜੀ, ਕਿਵੇਂ ਹੋ? ਸਾਰੇ ਠੀਕ ਠਾਕ ਹੋ? ਅੱਜ ਮੈਂ ਚੱਲਿਆ ਹਾਂ ਅੰਮ੍ਰਿਤਸਰ, ਅਤੇ ਅੱਜ ਦਾ ਵਲੌਗ ਫਿਰ ਆਪੇ ਗੈਸ ਕਰ ਲਓ ਕਿੰਨਾ ਘੈਂਟ ਹੋਣ ਵਾਲਾ ਵਾ। ਸੋ ਮਿਲਦੇ ਹਾਂ ਆਪਾਂ ਸਿੱਧਾ ਉੱਥੇ ਜਾ ਕੇ, ਫਿਰ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਵਿਖਾਉਣੀਆਂ ਅੱਜ, ਬਹੁਤ ਸਾਰੀਆਂ। ਚਲੋ ਮਿਲਦੇ ਆ ਜਾਓ। ਸੋ ਅਸੀਂ ਸਭ ਤੋਂ ਪਹਿਲਾਂ ਅੰਮ੍ਰਿਤਸਰ ਆਏ ਹਾਂ ਮੈਕਡੀ, ਅਤੇ ਉੱਥੇ ਆਹ ਔਡਰ ਕੀਤਾ ਜੀ। ਆਹ ਵੇ ਰਾਜਵਿੰਦਰ, ਕੀ ਹੈ ਆਹ? ਖਾਧੀ ਲੱਗਣ ਦੀ ਤਾਂ ਐਂ ਲੱਗਣ ਦਿਆ ਜਿੱਦਾਂ ਖਾਧੀ ਦਿੱਤੀ ਸਾਨੂੰ। ਆਹ ਵੇਖ ਲਓ, ਚਮਚੇ ਵੀ ਨਹੀਂ ਯੂਜ਼ ਕੀਤੇ ਅਜੇ, ਖਾਧੀ ਨਹੀਂ ਆ। ਆਹ ਵੇ ਕੀ ਲੱਗਣ ਦੀ ਦਿੱਤੀ, ਵੇਖੋ ਕਿੰਨੀ ਕਿੰਨੀ ਗਾ, ਇੰਨੇ ਪੈਸੇ ਲਾ ਦੇ ਦਿੱਤਾ ਕੀ। ਚਲੋ ਕੋਈ ਨਹੀਂ ਆ, ਇੱਥੇ ਨੋਇਸ ਬਹੁਤ ਜ਼ਿਆਦਾ ਆ, ਸੋ ਤਾਂ ਕਰਕੇ ਆਪਾਂ ਬਾਹਰ ਜਾ ਕੇ ਮਿਲਦੇ ਹਾਂ। ਇੱਥੋਂ ਨਹੀਂ ਖਾਣਾ, ਬਾਹਰੋਂ ਖਾਣਾ, ਇੱਥੇ ਆਵਾਜ਼ ਬੜੀ ਆ। ਰਾਜਵਿੰਦਰ ਨਾਂ ਕੀ ਇਹਦਾ? ਅਗਲੀ ਤਾਂ ਨੀ ਆਪਾਂ ਇੱਥੇ ਖਾਣਾ ਨੀ ਕੁਛ, ਹੈਗੀ ਗੱਲ ਸਹੀ ਆ, ਹੈਗੀ ਬਹੁਤ ਸਵਾਦ ਆ। ਚੱਲ ਪੈਸੇ ਜਿੰਨੇ ਲਾਏ ਪਰ ਵਰਥ ਆ, ਸਹੀ ਆ। ਚਲੋ ਅੱਗੇ ਤੁਹਾਨੂੰ ਮਿਲਦੇ ਆ, ਆਪਾਂ ਸਿੱਧਾ ਖਾਣਾ ਹੁਣ ਤੇ ਖਾ ਕੇ ਅੱਗੇ ਵਿਖਾਊਂਗਾ ਤੁਹਾਨੂੰ। ਬੜੀ ਬਾਤ ਆ, ਸਹੀ ਗੱਲ ਆ, ਮਤਲਬ ਕਿ ਕੋਕ ਨਾਲੋਂ ਬੈਸਟ ਆ। ਮਤਲਬ ਕੁਝ ਖਾਣ ਨਾਲ ਇਹ ਆਰਡਰ ਕਰ ਲਓ ਚੰਗਾ ਵਾ, ਪਰ ਜੇ ਕੋਈ ਆਈਸਕ੍ਰੀਮ ਜਾਂ ਕੁਛ ਉਹ ਨਹੀਂ ਸਹੀ, ਬਹੁਤ ਡਿਫਰੈਂਟ ਆ। ਮਤਲਬ ਹਾਂ ਆਈਸਕ੍ਰੀਮ ਨਾਲੋਂ ਥੋੜ੍ਹਾ ਡਿਫਰੈਂਟ ਆ, ਬਟ ਹਾਂ ਸਹੀ ਆ। ਮੈਂ ਮਾੜਾ ਜਿਹਾ ਬੋਲ ਲਈ ਹੁਣ ਯੂਟਿਊਬ ਵਾਲਿਆਂ ਨੂੰ ਦੱਸ ਦਈਏ ਕਿ ਹਾਂ ਠੀਕ ਆ, ਅਸੀਂ ਇੱਥੇ ਖਾ ਪੀ ਲਿਆ, ਓਕੇ ਕੰਮ ਠੀਕ ਆ। ਅਤੇ ਮੈਂ ਅਤੇ ਰਾਜਵਿੰਦਰ ਹੁਣ ਚੱਲੇ ਹਾਂ, ਅਤੇ ਉਸ ਤੋਂ ਬਾਅਦ ਗੁਰਪਿੰਦਰ ਹੋਣਾ ਲਵਾਂਗੇ। ਪਹਿਲਾਂ ਹੀ ਕੁਝ ਖਾਵਾਂਗੇ ਠੀਕ ਆ, ਜੋ ਖਾਵਾਂਗੇ ਉਹ ਤੁਹਾਨੂੰ ਖਾਵਾਂਗੇ। ਅਤੇ ਖਾਣਾ ਕੀ ਪਰ ਆਪਾਂ ਦੇਖਦੇ ਹਾਂ ਬਾਹਰ ਜਾ ਕੇ, ਹੈਂ ਦੇਖਦੇ ਹਾਂ ਬਾਹਰ, ਚਲੋ ਜਾ ਕੇ ਵੇਖਦੇ ਹਾਂ ਹੁਣ। ਪਰ ਇਹ ਖਾਣ ਦਾ ਸੋਚਿਆ ਖਾਂਦੇ ਹਾਂ, ਦੈਨ ਫਿਰ ਮੇਰਾ ਇਰਾਦਾ ਵਾ ਕਿ ਕੋਈ ਜੋ ਸਟਰੀਟ ਵਾਲਾ ਫੂਡ ਜਿਹਾ ਖਾਈਏ ਕੁਛ ਵਧੀਆ ਜਿਹਾ, ਪਰ ਵੇਖਦੇ ਹਾਂ। ਚਲੋ ਆਓ ਮਿਲਦੇ ਹਾਂ, ਅੱਗੇ ਫਿਰ ਖਾਂਦੇ ਰਹੀਦਾ। ਆਹੋ ਹੋਰ ਖਾਂਦੇ ਰਹੀਦਾ, ਚਲੋ ਆਓ ਫਿਰ ਚੱਲਦੇ ਹਾਂ। ਆ ਤਾਂ ਗਏ ਹਾਂ ਇੱਥੇ, ਪਰ ਕੋਈ ਬੰਦਾ ਨਾ ਬੰਦੇ ਦੀ ਯਾਦ। ਆਹ ਵੇਖੋ ਸਭ ਲਾਈਟਾਂ ਬੁਝੀਆਂ, ਕੋਈ ਇੱਕ ਵੀ ਸਿੰਗਲ ਪਰਸਨ, ਮੈਂ ਤਾਂ ਰਾਜੂ ਹੀ ਹਾਂ ਬਸ। ਵੇਖ ਲਓ ਇੱਕ ਉਹ ਇੱਕ ਦੋ ਜਾਣੇ ਉੱਤੇ ਆ ਬਸ, ਆਹ ਹੈਗਾ ਕੋਈ ਹੋਵੇ, ਐਂ ਲੱਗਦਾ ਕੋਠੀ ਬਣਾਈ ਇੱਧਰ ਤੇ। ਉਹ ਦੋ ਰੀਲ ਸਟਾਰ ਆ ਠੀਕ ਆ, ਇੱਧਰ ਪਰਿੰਦੇ ਆ, ਅਤੇ ਬਸ ਉਹ ਥੱਲੜੇ ਫਲੋਰ 'ਤੇ ਹੀ ਆ, ਬਸ ਦੋ ਚਾਰ ਜਾਣੇ ਲਾਈਟਾਂ ਜਗਨ ਦੀਆਂ, ਹੋਰ ਤਾਂ ਬਾਕੀ ਕੋਈ ਨਹੀਂ ਹੈਗਾ ਵੇ। ਇੱਥੇ ਜੇ ਆਵਾਜ਼ ਵੀ ਮਾਰਾਂ ਨਾ ਤਾਂ ਪਹਾੜੀ ਇਲਾਕੇ ਨੂੰ ਗੂੰਜਣੀ ਆ। ਇੱਥੇ ਦੁਕਾਨਾਂ ਦੁਕਾਨਾਂ ਖੋਲੀਆਂ ਲੋਕਾਂ ਨੇ ਵੈਸੇ, ਐਡੀ ਵੀ ਨਹੀਂ ਗੱਲ। ਆਵੇ ਬਿੱਲੇ ਬਿੱਲੇ ਦੀ ਹੱਟੀ ਪਾ ਕੇ ਦੁਕਾਨਾਂ ਤੇ ਭੁੱਲ ਹੀ ਗਏ ਲੋਕੀ, ਇੱਥੇ ਫਰਸ਼ ਹੀ ਨਹੀਂ ਪਿਆ, ਇੱਥੇ ਲੋੜ ਹੀ ਨਹੀਂ। ਉਹ ਕਹਿੰਦੇ ਜਦੋਂ ਭਰੂਗਾ ਥੋੜ੍ਹਾ ਜਿਹਾ ਤੇ ਫਿਰ ਫਰਸ਼ ਪਾ ਦਾਂਗੇ। ਆਵੇ ਹੁਣ ਮੈਂ ਆਵਾਜ਼ ਮਾਰਾਂ ਵੇਖੀ, ਰਾਜਵਿੰਦਰ ਦੋ ਤਿੰਨ ਵਾਰੀ ਹਾਂ, ਦੋ ਤਿੰਨ ਵਾਰ ਆਵਾਜ਼ ਆਉਂਦੀ ਪੂਰੀ, ਐ ਪਹਾੜੀ ਇਲਾਕੇ ਵਾਲੀ ਫੀਲ ਆ। ਬਾਕੀ ਪੱਖਾ ਪੁੱਖਾ ਇੱਥੇ ਕੋਈ ਨਹੀਂ ਹੈ ਲੱਗਾ, ਐਵੇਂ ਕਹਾਂ ਨਾ ਏਸੀ ਜੇ ਕੁਝ ਨਹੀਂ ਹੈਗਾ, ਬੜਾ ਬੁਰਾ ਹਾਲ ਆ। ਆਵੇ ਲਿਫਟਾਂ ਵੀ ਨਹੀਂ ਚੱਲਦੀਆਂ ਕਿ ਵੇਲਣਾ ਆ ਜੇ ਕਿਤੇ। ਚਲੋ ਚੱਲੀਏ ਫਿਰ, ਸਾਨੂੰ ਲੱਗੀ ਭੁੱਖ ਬਹੁਤ ਜ਼ਿਆਦਾ, ਅਤੇ ਜਿਹੜੇ ਤਾਂ ਹੈਗੇ ਆਪਣੇ ਇੱਥੋਂ ਤਾਂ ਉਹਦੇ ਗੈਸ ਕਰ ਲੈਣਗੇ ਅਸੀਂ ਕਿਤੇ ਆ। ਅਸੀਂ ਆਏ ਭਰਾਵਾਂ ਨੇ ਢਾਬੇ, ਫਿਰ ਅਸੀਂ ਸੋਚਿਆ ਹੁਣ ਖਾ ਪੀ ਲਈਏ ਕੁਝ, ਪੇਟ ਪੂਜਾ ਕਰ ਲਈਏ। ਚਲੋ ਹੁਣ ਸਾਨੂੰ ਇਹ ਨਹੀਂ ਪਤਾ ਅਸਲੀ ਭਰਾਵਾਂ ਢਾਬਾ ਆ ਕੇ ਉਹ ਆ, ਕਹਿੰਦੇ ਤਾਂ ਦੋਵੇਂ ਆ। ਵਾਓ ਸੋ ਮੈਨੀ ਕਰਾਊਡ, thousand years later. ਚਪੇੜ ਮਾਰ ਦੇ ਫੋਨ 'ਚ ਹੀ, ਇਹਦੇ ਫੋਨ 'ਚ ਚਪੇੜ ਮਾਰ। ਸੋ ਅਸੀਂ ਸਲਾਹ ਮਸ਼ਵਰਾ ਕਰਕੇ ਆਰਡਰ ਦਿੱਤਾ ਵਾ, ਸਾਨੂੰ ਕੁਝ ਪਤਾ ਨਹੀਂ ਲੱਗਣ ਦਿਆ ਕਿਉਂਕਿ ਸਾਡਾ ਅੱਧਾ ਕੁ ਢਿੱਡ ਭਰਿਆ ਹੋਇਆ। ਅਸੀਂ ਜਦੋਂ ਐਂਟਰ ਹੋਏ ਨਾ ਉਦੋਂ ਤਾਂ ਅਸੀਂ ਕਿਹਾ ਕਿ ਮਤਲਬ ਸਾਨੂੰ ਬਹੁਤ ਭੁੱਖ ਲੱਗੀ ਆ, ਜਦੋਂ ਇਹਦੇ ਅੱਗੇ ਰੇਟ ਬੜੇ ਉਦੋਂ ਸਾਨੂੰ ਲੱਗਾ ਨਹੀਂ ਥੋੜ੍ਹੀ ਲੱਗੀ, ਇੰਨੀ ਇੰਨੀ ਤਾਂ ਨਹੀਂ ਲੱਗੀ, ਇੰਨੀ ਖਾਸ ਨਹੀਂ ਲੱਗੀ। ਸਾਡਾ ਆਰਡਰ ਆ ਗਿਆ,
ਚਣਾ ਮਸਾਲਾ ਤੇ ਬਟਰ ਨਾਨ ਹੁਣ ਗੁਰਪਿੰਦਰ ਹੋਣੀ ਆਉਣਗੇ ਤੇ ਨਵਾਂ ਆਰਡਰ ਲਾਉਣਗੇ ਠੀਕ ਆ ਤੇ ਉਹਨਾਂ ਚਿਰ ਅਸੀਂ ਆਪਣਾ ਵੇਖਦੇ ਹਾਂ ਬਾਹਰ ਤੇ ਪੂਰਾ ਰਸ਼ ਫੁੱਲ ਹੋਇਆ ਵੇਖ ਹੀ ਲਿਆ ਤੁਸੀਂ ਸਾਰਿਆਂ ਨੇ ਸਹੀ ਹੈ ਯਾਰ ਚਣੇ ਮਸਾਲੇ ਦੀ ਕੁਆਂਟਿਟੀ ਤਾਂ ਸਹੀ ਆ ਬਟਰ ਨਾਨ ਦੀ ਸਾਨੂੰ ਕੁਝ ਖਾਸ ਨਹੀਂ ਲੱਗੀ ਹੁਣ ਤੇ ਟੇਸਟ ਵੇਖਦੇ ਹਾਂ ਕਿ ਕਿਹੋ ਜਿਹਾ ਕਿੱਦਾਂ ਵਾ ਸੋ ਚਲੋ ਬਹੁਤ ਸਵਾਦ ਆ ਸੱਚੀ ਬਹੁਤ ਸਵਾਦ ਆ ਨਾਨ ਵੀ ਬਹੁਤ ਸਵਾਦ ਆ ਔਰ ਸ਼ਾਹ ਜੀ ਬਤਾਓ ਬਹੁਤ ਸਵਾਦ ਚਣਾ ਮਸਾਲਾ ਬੜਾ ਸਵਾਦ ਅਤੇ ਆ ਜਾਓ ਖਾਈਏ ਆ ਜਾਓ ਖਾਈਏ ਬਟਰ ਨਾਨ ਬਹੁਤ ਕ੍ਰਿਸਪੀ ਆ ਸੱਚੀ ਬਹੁਤ ਜ਼ਿਆਦਾ ਸਵਾਦ ਆ ਚਣਾ ਮਸਾਲਾ ਵੀ ਬੜਾ ਸਵਾਦ ਆ ਜਿਹੜਾ ਵਿੱਚ ਪਨੀਰ ਪਾਇਆ ਨਾ ਉਹ ਥੋੜ੍ਹਾ ਨਾ ਮਤਲਬ ਕਿ ਡਲ ਜਾਣੀ ਆ ਜਿਹੜਾ ਖੜਾ ਖੜਾ ਜਿਹਾ ਜਿਹੜਾ ਕਿ ਬਹੁਤ ਜ਼ਿਆਦਾ ਸਵਾਦ ਆਉਂਦਾ ਜਦੋਂ ਖਾਈ ਦਾ ਸਾਡਾ ਹੋ ਗਿਆ ਕੰਮ ਡਨ ਸੋ ਇਹ 'ਚ ਰੌਲਾ ਬੜਾ ਪੈ ਜਾਂਦਾ ਮਹਾਂ ਉੱਠੇ ਲੋਕ ਵੇਟਰ ਅੱਗੇ ਦੱਸਣ ਦਿਆ ਕਹਿੰਦਾ ਕਹਿੰਦਾ ਖਾਧਾ ਕੁਝ ਵੀ ਨਹੀਂ ਆ ਡੇਢ ਘੰਟਾ ਹੋ ਗਿਆ ਆਉਂਦਾ ਬੈਠੇ ਨੂੰ ਸਹੀ ਆ ਆਹੋ ਅਤੇ ਅਸੀਂ ਆਪਣਾ ਖਾ ਪੀ ਲਿਆ ਓਕੇ ਕੰਮ ਡਨ ਆ ਵੇਖ ਲਓ ਅਤੇ ਗੁਰਪਿੰਦਰ ਹੋਣਾ ਨੇ ਆਉਣਾ ਸੀਗਾ ਅਤੇ ਆਉਣਾ ਸੀ ਆ ਜਾਓ ਮੈਂ ਨਾ ਕੋਈ ਚੱਕਰ ਹੀ ਨਹੀਂ ਗੁਰਪਿੰਦਰ ਹੋਣਾ ਨੇ ਆਉਣਾ ਸੀ ਪਰ ਉਹ ਆਏ ਨਹੀਂ ਕਿਉਂਕਿ ਉਹ ਕਹਿੰਦੇ ਕਿ ਚਾਬੀ ਸਾਡੇ ਕੋਲ ਹੀ ਆ ਨਹੀਂ ਨਹੀਂ ਬਸ 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 ਕੁਛ ਨਹੀਂ ਆ ਤੁਹਾਨੂੰ ਸਬਸਕ੍ਰਾਈਬ ਕਰਾ ਦਈਏ ਆਪ ਵੀ ਦੇਖਿਆ ਕਰੋ ਹਮਾਰੀ ਵੀਡੀਓਜ਼ ਹੈ ਫੋਨ ਦੇਣਾ ਤੁਸੀਂ ਵੀ ਸਬਸਕ੍ਰਾਈਬ ਕਰੋ ਜਿਨ੍ਹਾਂ ਜਿਨ੍ਹਾਂ ਨੇ ਨਹੀਂ ਕੀਤਾ ਹਾਂ ਲਓ ਜੀ 411 ਹੋ ਗਏ ਜੀ ਇਹ ਲਓ ਭਈਆ ਇਹ ਹੈ ਹਮਾਰਾ ਆਪਕੀ ਵੀਡੀਓ ਆਏਗੀ ਐਸੇ ਹੀ ਹਾਂ ਫਿਰ ਆਪ ਹਮਕੋ ਅਗਲੀ ਵਾਰ ਸਪੋਂਸਰ ਕਰਨਾ ਅਰੇ ਕਹਿਣਾ ਕਿਆ ਚਾਹਤੇ ਹੋ ਮਸਤ ਜੋਕ ਮਾਰਾ ਰੇ ਯਾ ਹੱਸ ਰਿਹਾ ਹਲਕਾ ਹੱਸ ਤੇ ਉਹਨਾਂ ਨੇ ਵੀ ਖਾਣਾ ਹੋਣਾ ਵੀ ਭੋਖ ਰਾਹ ਮਾਰਨ ਦੇ ਹੋਣੇ ਆ ਚਲੋ ਚਲੋ ਮਿਲਦੇ ਆ ਫਿਰ ਆਓ ਚੱਲ ਕੇ ਉੱਥੇ ਤੁਹਾਨੂੰ ਇੱਕ ਵਾਰੀ ਸਾਰਾ ਵਿਖਾ ਦਿੰਦਾ ਮੈਂ ਕਿੱਦਾਂ ਦਾ ਕੀ ਹਿਸਾਬ ਕਿਤਾਬ ਆ ਸਾਰਾ ਕੁਛ ਚਲੋ ਹੁਣ ਸਾਡਾ ਯਾਰ ਬਣ ਗਿਆ ਇੱਕ ਹਾਂ ਸਾਫ਼ ਸਫਾਈ ਤਾਂ ਬਹੁਤ ਆ ਬਿੱਲ ਦੇ ਦਈਏ 10 years later ਆ ਗਏ ਹਾਂ ਜੀ ਰਾਇਲ ਮੋਮੋਸ ਵਾਲਿਆਂ ਤੋਂ ਹੁਣ ਛਕਾਂਗੇ ਮੋਮੋਸ ਤੇ ਮੁੰਡੇ ਤਿਆਰ ਆ ਹਾਏ ਮੇਰੀ ਗੱਲ ਸੁਣ ਹਾਂਜੀ ਮੋਮੋਸ ਵਾਵਾ ਗੱਲ ਬਾਤ ਹੁੰਦੇ ਇਹਨਾਂ ਦੇ ਜੀ ਜੀ ਹੈ ਸਪੈਸ਼ਲ ਆ ਹਾਂ ਹਾਂ ਬਹੁਤ ਸਵਾਦ ਬਣਾਉਂਦੇ ਵਿਖਾਉਂਦਾ ਮੈਂ ਗਰਮਾ ਗਰਮ ਬਣਦੇ ਹੋਏ ਆਪਾਂ ਕਿਹੜੇ ਕਰਾਉਣ ਲੱਗੇ ਆਪਾਂ ਫਰਾਈ ਮਲਾਈ ਪਨੀਰ ਵਾਲੇ ਫਰਾਈ ਕਰਾ ਕੇ ਮਲਾਈ ਪਨੀਰ ਦੀ ਸਟਫਿੰਗ ਠੀਕ ਆ ਰੋਇਲ ਮੋਮੋਸ ਚਲੋ ਆਉਂਦੇ ਹੁਣ ਪਲੇਟਾਂ 'ਚ ਤਾਂ ਫੇਰ ਹੀ ਪਾਣੀ ਕੱਢੋ ਟਾਈਮ ਲੱਗ ਜਾਣਾ ਵਾ ਜੇ ਬਹੁਤ ਕਰਾਊਡ ਨੂੰ ਖਾ ਸਕਦਾ ਤੂੰ ਅਜੇ ਜਾਂ ਸਟਾਰਟ ਹੀ ਕਰਨਾ ਐਡ ਪਤਾ ਕਿਉਂ ਆਉਂਦੀ ਆ ਮੈਂ ਤਾਂ ਸੱਚ ਦੱਸਦਾ ਮੇਰੀ ਵੀਡੀਓ ਤੇ ਐਡ ਪਤਾ ਕਿਉਂ ਆਉਂਦੀ ਆ ਐਡ ਤਾਂ ਕਰਕੇ ਆਉਂਦੀ ਆ ਕਿ ਯੂਟਿਊਬ ਪ੍ਰਾਈਵੇਟ ਭੁੱਲ ਗਿਆ ਸੱਚ ਓਏ ਇੱਕ ਮਿੰਟ ਓਏ ਯਾਰ ਉਹ 2 ਘੰਟੇ ਰੁਕ ਇੱਕ ਮਿੰਟ ਹੋ ਜਾ ਯਾਰ ਯੂਟਿਊਬ ਫਿਰ ਵੇਖਾਂਗੇ ਹਾਂ ਹਾਂ ਦੱਸੋ ਯੂਟਿਊਬ ਰੈਵਨਿਊ ਲੈਂਦੀ ਆ ਮੇਰੀ ਵੀਡੀਓ ਤੋਂ ਕਮਾਈ ਕਰਦੀ ਆ ਯੂਟਿਊਬ ਉੱਧਰ ਆ ਗਿਆ ਯੂਟਿਊਬ ਇਹ ਤੋਂ ਕਮਾਈ ਕਰਦੀ ਮੂਸੇ ਵਾਲਾ ਆ ਗਿਆ ਜੀ ਮੈਨੂੰ ਜਿੰਨੀਆਂ
ਜਾਂਦਿਆ ਪਹਿਲਾਂ ਨਾ ਮੈਂ ਨਾ ਉਹਨਾਂ ਨੂੰ ਕਹਿਤਾ ਮੈਂ ਹਾਂ ਇੱਦਾਂ ਮਤਲਬ ਕਿ ਆਰਡਰ ਕਰ ਦਿਓ ਮਤਲਬ ਆਹ ਚੀਜ਼ਾਂ ਖਾਣੀਆਂ ਸੀ ਅਤੇ ਮੰਗਾ ਲਈਆਂ ਕਹਿੰਦੇ ਹਾਂਜੀ ਠੀਕ ਆ ਭਾਅ ਜੀ ਮੈਂ ਜਾ ਕੇ ਬਹਿ ਗਿਆ ਅਤੇ ਇੱਕ ਡੇਢ ਘੰਟੇ ਬਾਅਦ ਮੈਂ ਮੈਨੂੰ ਆਉਂਦੇ ਭਾਅ ਜੀ ਤੁਹਾਡਾ ਆਰਡਰ ਸੀ ਲੈਓ ਵੀਰ ਜੀ ਲੈਓ 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 ਕਿਹੜੇ ਆਪਣੇ ਕਿਹੜੇ ਪਨੀਰ ਵਾਲੇ ਫਰਾਈ ਮਲਾਈ ਤੇ ਜੇ ਤੂੰ ਹੁਣ ਪੁੱਛਿਆ ਉਹ ਮੁਰਸੇ ਲੱਗੇ ਤੇ ਬਹਿ ਕੇ ਤਮ ਤਮ ਦਫਾ ਆ ਮੈਂ ਤੇ ਸਾਰਿਆਂ ਨੂੰ ਉਹਦਾ ਥੰਬਨੇਲ ਲਾਈ ਪਨੀਰ ਵਾਲੇ ਫਰਾਈ ਮਲਾਈ ਮੋਮੋਸ ਲੈ ਕੇ ਨਾ ਭਾਈ ਤੁਹਾਡੀ ਚੜ੍ਹਦੀ ਬੜੀ ਸਵਾਦ ਮੋਮੋ ਥੋੜੀ ਆ ਗਿਆ ਚੜ੍ਹਦੀ ਬੜੀ ਸਵਾਦ ਆ ਤਕੜਾ ਕੰਪਲੀਮੈਂਟ ਦੇ ਗਿਆ ਹੋ ਗਿਆ ਕੋਈ ਗੱਲ ਸਰ ਗਿਆ ਵੀ ਤੇਰਾ ਭਰਾ ਕਿੱਥੇ ਸੀ ਬਾਰਕਿੰਸ ਬਾਰਕਿੰਸ ਰੋਬਿਨਸ ਇੱਕੋ ਵਾਰ ਗਿਆ ਨਹੀਂ ਜਾਣਾ ਹੁਣ ਤੇ ਮੈਂ ਕੱਲਾ ਨੀ ਜਾਣਾ ਪੈ ਹੀ ਇੰਨੇ ਬਣਾ ਤੇ ਉਹਨਾਂ ਉਹਦਾ ਕਲੋਜ਼ਅਪ ਆਈ ਜਾਂਦਾ ਜਿਹੜਾ ਇੱਥੇ ਨਰਕ ਜੰਮਿਆ ਵਾ ਏਦਾਂ ਘੁਮਾਉਣਾ ਖਤਮ ਬਿਊਟੀਫੁਲ ਸੱਚੀ ਬਹੁਤ ਸਵਾਦ ਸੱਚੀ ਮਤਲਬ ਧਰਮ ਨਾਲ ਝੂਠ ਨਹੀਂ ਦੰਦ ਕੱਢੀ ਜਾਂਦੇ ਆ ਪਰ ਸੱਚੀ ਬੜੇ ਸਵਾਦ ਆ ਸੱਚੀ ਬੜੇ ਸਵਾਦ ਸੀ ਖਾ ਪੀ ਕੇ ਹੁਣ ਚੱਲੇ ਹਾਂ ਘਰ ਨੂੰ ਅਤੇ ਇਹਦੇ ਆਪਾਂ ਵਲੌਗ ਦਾ ਐਂਡ ਕਰਦੇ ਹੋਏ ਉਹ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਜਿਹੜੇ ਜਿਹੜੇ ਨਵੇਂ ਆ ਉਹ ਸਬਸਕ੍ਰਾਈਬ ਕਰ ਦਿਓ ਮੈਂ ਵੀ ਦੇਖਿਆ ਕਰੋ ਮੈਨੂੰ ਸਪੋਂਸਰ ਕਰਦਿਆ ਕਰੋ ਸੋ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ ਅਤੇ ਕਮੈਂਟ ਕਰ ਦਿਓ ਕਮੈਂਟ ਜ਼ਰੂਰ ਕਰਿਆ ਕਰੋ ਓਕੇ ਮਿਲਦੇ ਆ ਫਿਰ ਅਗਲੇ ਵਲੌਗ ਬਾਏ ਬਾਏ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ।